ਮਾਰਨਿੰਗ ਸਟੂਡੈਂਟਸ ਆਈ ਵੈਲਕਮ ਯੂ ਟੂ ਆਰ YouTube ਚੈਨਲ ਲਰਨ ਟੂ ਐਕਚੁਅਲਾਈਜ਼ ਆਮ ਨਰਿੰਦਰ ਯੂਰ ਇੰਗਲਿਸ਼ ਫੈਕਲਟੀ ਸੋ ਟੂਡੇ ਵੀ ਆਰ ਗੋਇੰਗ ਟੂ ਕੰਟੀਨਿਊ ਦ ਸੀਰੀਜ਼ ਆਫ ਆਰ ਕੇ ਨਰਾਇਣ ਅੱਜ ਅਸੀਂ ਆਰ ਕੇ ਨਰਾਇਣ ਦੇ ਨਾਲ ਸੰਬੰਧਿਤ ਸੀਰੀਜ਼ ਨੂੰ ਕੰਟੀਨਿਊ ਕਰ ਰਹੇ ਹਾਂ ਪਿੱਛੇ ਜੀ ਅਸੀਂ ਇਸ ਟੌਪਿਕ ਦੇ ਉੱਤੇ ਉਹਨਾਂ ਦੀ ਲਾਈਫ ਦੇ ਬਾਰੇ ਅਤੇ ਹੋਰ ਉਹਨਾਂ ਦੀਆਂ ਅਚੀਵਮੈਂਟਸ ਤੇ ਵਰਕਸ ਤੇ ਬਾਰੇ ਡਿਸਕਸ਼ਨ ਕੀਤੀ ਸੀ ਲekin ਅੱਜ ਦੀ ਜਿਹੜੀ ਡਿਸਕਸ਼ਨ ਹੈ ਉਹ ਹੈ ਇਹਨਾਂ ਦੇ ਉੱਤੇ ਜਿਹੜੇ ਕੁਐਸਚਨਸ ਪਿਛਲੇ ਪੇਪਰਸ ਦੇ ਵਿੱਚ ਪੁੱਛੇ ਗਏ ਨੇ ਭਾਵੇਂ ਉਹ ਤੁਹਾਡਾ ਮਾਸਟਰ ਕੋਰਸ ਦਾ ਐਗਜ਼ਾਮ ਹੈ ਜਾਂ UGC નેਸ਼ਨ ਨਾਲ ਸੰਬੰਧਿਤ ਹੋਵੇ ਉਹਦੇ ਵਿੱਚ ਬਹੁਤ ਸਾਰੇ ਇੰਪੋਰਟੈਂਟ ਕੁਐਸਚਨਸ ਜਿਹੜੇ ਨੇ ਪੁੱਛੇ ਗਏ ਨੇ ਸੋ ਅੱਜ ਅਸੀਂ ਉਹਨਾਂ ਦੇ ਉੱਤੇ ਡਿਸਕਸ਼ਨ ਕਰਾਂਗੇ ਅਤੇ ਅਸੀਂ ਇਹਨਾਂ ਕੁਐਸਚਨਸ ਦੇ ਰੂਬਰੂ ਹੋਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਦਾ ਲੈਵਲ ਜਿਹੜਾ ਹੈ ਕਿ ਇਹੋ ਜੇ ਐਗਜ਼ਾਮਸ ਦੇ ਵਿੱਚ ਰੱਖਿਆ ਜਾਂਦਾ ਹੈ ताकि विद्यार्थी उसन टैकल कर सकन so, yes. so, सो वी स्टार्ट विद द क्वेश्चन येस सो सा एम सी क्यू सैशन जड़ा है हूँ स्टार्ट होंट्स बिगिन वेयर वॉज़ आर के नारायण बॉन सो ए वाला क्वेश्चन असं कल ऑलरेडी डिस्कस कर चुके हैं He was born in Madras. He was born in Madras. Next Narayan quit his job as a school teacher because Narayan ne school teacher the job. Si. We have options. He found a better job. He wanted to pursue further studies. He was asked to work as a physical training teacher. None of these. इस जो सही आंसर है वह है ऑप्शन नंबर सी उन्होंने मजबूर किया गया कि तुसी फिजिकल एजुकेशन के टीचर तौर पर काम करो तो आर के नारायण ही वॉज एब्सॉर्ब सो मच इन इंग्लिश सो ही डिडेंट थिंक ऑफ इट नारायण वॉज ए सिंपल मैन इन ए सिंपल एज वट इज इट मीन सधारण ਵਿਅਕਤੀ ਸਨ ਸਧਾਰਨ ਯੁੱਗ ਦੇ ਵਿੱਚ ਸੋ ਵੀ ਹੈਵ ਥੀਸ ਆਪਸ਼ਨਸ ਨਰਾਇਣ ਵਾਸ ਹੰਬਲ ਦ ਟਾਈਮਸ ਵਰ ਸਿੰਪਲ ਨਰਾਇਣ ਵਾਸ ਨਾਟ ਵੈਰੀ ਬ੍ਰਾਈਟ ਨਨ ਆਫ ਥੀਸ ਇਹ ਕਹਿਣਾ ਕਿ ਨਰਾਇਣ ਬ੍ਰਾਈਟ ਨਹੀਂ ਸਨ ਇਟ ਇਜ਼ ਰੀਲੀ ਆਊਟ ਆਫ ਦ ਵੇ ਇਹ ਕੁਐਸਚਨ ਸਹੀ ਆਨਸਰ ਸਹੀ ਨਹੀਂ ਹੈ ਤੇ ਸਮਾਂ ਵੀ ਸਧਾਰਨ ਨਹੀਂ ਸੀ ਬਿਕੋਜ਼ ਇਟ ਵਾਸ ਦ ਟਾਈਮ ਐਂਡ ਦ ਬ੍ਰਿਟਿਸ਼ਰਸ ਵਰ ਰੂਲਿੰਗ ਸੋ ਵਾਟ ਇਜ਼ ਦ ਰਾਈਟ ਆਪਸ਼ਨ ਇਟ ਇਜ਼ ਆਪਸ਼ਨ ਨੰਬਰ ਏ Narayan was humble, he was very very humble, he was so much devoted to his wife, devoted to his family, he was so much devoted to his work, so this way say he was humble. Which of the following writers wrote novel The Dark Room? Very easy, this novel is The Dark Room, it was written by R.K Narayan. आरके नारायण जी दी कलम तो आया नारायण पास्ट अवे इन द ईयर एसी डिस्कस ਕਰ ਚੁਕੇ ਆ ਕਿ ਇਹਨਾਂ ਦਾ ਦਿਹਾਂਤ ਜਿਹੜਾ ਹੈ सन 2001 ਦੇ ਵਿੱਚ ਹੋਇਆ ਐਂਡ ਐਟ दैट ਟਾਈਮ ਇਹਨਾਂ ਦੀ ਜਿਹੜੀ ਏਜ ਸੀ ਇਟ ਵਾਸ ਆਫ 94 ইয়ার্স 94 ਸਾਲ ਦੀ ਏਜ ਦੇ ਵਿੱਚ ਇਹਨਾਂ ਦਾ ਜਿਹੜਾ ਦਿਹਾਂਤ ਹੋਇਆ ਸੀਗਾ वट इज़ द रियल नेम ऑफ आर के नारायण कल असी इस क्वेश्चन के उ लंबी चौड़ी डिस्कशन की कि इनका जो नाम है वो बड़ा इंपॉर्टेंट है ये उत्ते मास्टर मास्टरकेटर के बहुत बार क्वेश्चन पूछा गया तो सही आंसर जो है रासीपुरम कृष्णा स्वामी अय्यर नारायण स्वामी दिस इज़ द राइट ऑप्शन इस दिस्कता कि राशिपुरम इज द नेम ऑफ द विलेज हिज इन इनसेस्ट्रल विलेज कृष्णा स्वामी वॉज द नेम ऑफ हिज फादर राइट सो राइट ऑप्शन बी है अगे वट इज वट वॉज द नेम ऑफ आर के नारायणस वाइफ राम्या रदी ਰਾਜ਼ਮ ਨਨ ਆਫ ਥੀਸ ਕੱਲ ਦੀ ਡਿਸਕਸ਼ਨ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਰਾਜ਼ਮ ਉਹਨਾਂ ਦੀ ਪਤਨੀ ਦਾ ਨਾਮ ਸੀਗਾ ਜਿਨ੍ਹਾਂ ਦੇ ਨਾਲ ਇਹਨਾਂ ਨੇ ਤਕਰੀਬਨ 5 ਸਾਲ ਦੀ ਮੈਰਿਡ ਐਸੋਸੀਏਸ਼ਨ ਰੱਖੀ ਅਨਫੋਰਚੂਨੇਟਲੀ ਇਹਨਾਂ ਦੀ ਡੈਥ ਹੋ ਗਈ ਇਸ ਕਰਕੇ ਇਹਨਾਂ ਦਾ ਵਿਛੋੜਾ ਪੈ ਗਿਆ ਤੇ आरके नारायण ਨੇ throughout his life ਦੁਆਰਾ ਮੈਰਿਜ ਨਹੀਂ ਕੀਤੀ ਸੋ ਨਾਮ ਸੀਗਾ ਰਾਜ਼ਮ ਇਹ ਵਾਲਾ ਨਾਮ ਜਿਹੜਾ ਇਟ ਵਾਸ ਯੂਜ਼ਡ ਬਾਈ ਆਰ ਕੇ ਨਰਾਇਣ ਇਨ ਮੈਨੀ ਆਫ ਹਿਸ ਵਰਕਸ ਕਈ ਉਹਨਾਂ ਨੇ ਆਪਣੇ ਕੰਮਾਂ ਵਿੱਚ ਇਸ ਨੂੰ ਯੂਜ਼ ਕੀਤਾ ਹੈ which novel of rk narayan was the top seller has gathered the most critical praise and was made into an american film and a Hindi film won seven film हिंदी फिल्म दैट 17 फिल्म फेयर अवार्ड्स कल दी डिस्कशन ਵਿੱਚ ਇੱਕ ਗੱਲ ਕੀਤੀ ਸੀਗੀ ਕਿ ਇੱਕ ਹਿੰਦੀ ਮੂਵੀ ਆਈ ਸੀਗੀ ਜਿਹਦੇ ਵਿੱਚ ਦੇਵਾਨੰਦ ਸਾਹਿਬ ਨੇ ਇੱਕ ਅਭਿਨੇ ਆਪਣਾ ਅਦਾ ਕੀਤਾ ਸੀਗਾ ਅਤੇ ਇਹ ਜਿਹੜੀ ਹਿੰਦੀ ਮੂਵੀ ਸੀ ਇਹ ਆਰ ਕੇ ਨਾਰਾਇਣ ਜੀ ਦੇ ਨੋਵਲ द ਗਾਈਡ ਉੱਤੇ ਆਧਾਰਿਤ ਸੀ ਸੋ ਇਹ ਉਸ ਦੇ ਬਾਰੇ ਹੀ ਹੈ ਅਤੇ ਇਸ ਤੋਂ ਇਲਾਵਾ ਇਹਦੇ ਇਸ ਨੂੰ ਵਿਸ਼ਵ ਪੱਧਰ ਦੇ ਉੱਤੇ ਵੀ ਅਮਰੀਕਨ ਫਿਲਮ ਵੀਰੇ ਉੱਤੇ ਬਣਾਈ ਗਈ ਤੇ ਫਿਲਮ ਫੇਅਰ ਅਵਾਰਡਸ ਵਿੱਚ ਵੀ ਇਸ ਨੂੰ ਕੰਸੀਡਰ ਕੀਤਾ ਗਿਆ ਇਸ ਨੂੰ ਵਿਚਾਰਿਆ ਗਿਆ ਸੋ ਇਹ ਸੀਗਾ ਦਾ ਗਾਈਡ ਦਾ ਗਾਈਡ ਤੇ ਜਿਸ ਦੇ ਵਿੱਚ ਫਿਲਮ ਦੇ ਵਿੱਚ ਅਭਿਨੇ ਕੀਤਾ ਸੀਗਾ ਦੇਵਾਨੰਦ ਸਾਹਿਬ ਨੇ which was his first novel kaldi ji ka discussion tusi dekhi hai to you may easily answer it is swami and friends 1935 in which year did he receive the sahitya academy awards so 1967 de vich inna nu sahitya academy award milya For which novel did he receive the Sahitya Academy Award? So, very easily we may answer the guide. The fictional town of Malgudi is the setting for most of R.K. Narayan's novels. However, Malgudi is intended to be a fictionalization of R.K. Narayan's lifelong home, and it was. ਕਿ ਜਿਹੜਾ ਮਾਲਗੁਡੀ Town ਹੈ ਇਹ ਇੱਕ ਕਾਲਪਨਿਕ Town ਹੈ ਔਰ ਆਰ ਕੇ ਨਾਰਾਇਣ ਜੀ ਦੇ ਜਿਹੜੇ ਬਹੁਤ ਸਾਰੇ ਨੋਵਲ ਹਨ ਉਹਦੇ ਵਿੱਚ ਮਾਲਗੁਡੀ ਦਾ ਜ਼ਿਕਰ ਆਉਂਦਾ ਹੈ ਅਸੀਂ ਕੱਲ ਦੀ ਡਿਸਕਸ਼ਨ ਦੇ ਵਿੱਚ ਇਹ ਕਲੀਅਰ ਕਰ ਚੁੱਕੇ ਹਾਂ ਕਿ ਜਿਹੜਾ ਮਾਲਗੁਡੀ ਹੈ ਉਸ ਦੇ ਉੱਤੇ ਸਟੋਰੀਜ਼ ਵੀ ਹਨ ਸਟੋਰੀਜ਼ ਵੀ ਬੇਸਡ ਹਨ However Malgudi is intended to be a fictionalization of R.K. Narayan's lifelong home. Ek ik inadi kalpana hai ki jis tarike da us sansar chande san jis tarike da oh ghar chande san. So It was ek hi siga Chennai kyunki Chennai Madras de vich inada janm hoya. what is the name of his autobiography inadi autobiography da ki naam hai it is grandmother's tale what is not his novel keda inada novel nahi hai malgudi days it is a collection of stories there are several stories in it ਬਹੁਤ ਸਾਰੀਆਂ ਕਹਾਣੀਆਂ ਨੇ ਇਸ ਦੇ ਵਿੱਚ ਅਤੇ ਕੱਲ ਦੀ ਡਿਸਕਸ਼ਨ ਵਿੱਚ ਇਹ ਵੀ ਡਿਸਕਸ ਕੀਤਾ ਗਿਆ ਸੀਗਾ ਕਿ ਇਸ ਦੇ ਉੱਤੇ ਦੂਰਦਰਸ਼ਨ ਦੇ ਉੱਤੇ ਇੱਕ ਸਪੈਸ਼ਲ ਪ੍ਰੋਗਰਾਮ ਹੁੰਦਾ ਸੀਗਾ ਸਪੈਸ਼ਲ ਸੀਰੀਅਲ ਸੀ ਜਿਦੇ ਵਿੱਚ ਇਹ ਸਾਰੀਆਂ ਸਟੋਰੀਜ਼ ਜਿਹੜੀਆਂ ਉਹ ਪ੍ਰੈਜ਼ੈਂਟ ਹੁੰਦੀਆਂ ਸਨ ਮਾਲਗੁਡੀ ਡੇਜ਼ ਦੇ ਨਾਮ ਤੇ ਹੂ ਨਰੇਟਸ ਹਿਸ ਸਟੋਰੀ ਇਨ ਦਾ ਨੋਵਲ ਏ ਟਾਈਗਰ ਫੋਰ ਮਾਲਗੁਡੀ ਕੌਣ ਉਸ ਕਹਾਣੀ ਨੂੰ रेट करता है संवादित करता है ए टाइगर फॉर मालगुड़ी दे विच टाइगर वेर वॉज आर के नारायण बॉर्न मद्रास चेन्नई वेन वॉज वेटिंग फॉर महात्मा पब्लिश नाइनटीन what is the name of chandan's wife in the bachelor of arts? malathi. what is the name of tourist guide in the novel? the guide, rajendra kumar. which indian classical work did archan ryan render in a simple narrative? Manner for common readers. Ramayana. What is the name of Rosie's husband in the novel The Guide? It is none of these. Of which art was Robbie, Rosie fond of? ਰੋਜ਼ੀ ਕਿਸ ਚੀਜ਼ ਦੀ ਸ਼ੌਕੀਨ ਸੀਗੀ ਪਿੰਗ ਸਿਤਾਰ ਸੋ ਇਸ ਤਰੀਕੇ ਦੇ ਨਾਲ ਅੱਜ ਦੇ ਜਿਹੜੇ ਕੁਐਸਚਨਸ ਹਨ ਇਹ ਆਪਾਂ ਡਿਸਕਸ ਕੀਤੇ ਪਿਆਰੇ ਵਿਦਿਆਰਥੀਓ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਮਾਸਟਰ ਕੈਡਰ ਦੀਆਂ ਵੈਕੈਂਸੀਜ਼ ਜਿਹੜੀਆਂ ਹਨ ਇੰਗਲਿਸ਼ ਦੀਆਂ ਬਹੁਤ ਜਲਦੀ ਆ ਰਹੀਆਂ ਹਨ ਜੇਕਰ ਅਸੀਂ ਉਹਨਾਂ ਦੇ ਵਿੱਚ ਕੁਝ ਵਧੀਆ ਕਰਨਾ ਚਾਹੁੰਦੇ ਹਾਂ ਵੀ ਨੀਡ ਟੂ ਹੈਵ ਕੰਪੀਟੀਟਿਵ ਸਪਿਰਟ ਵੀ ਨੀਡ ਟੂ ਹੈਵ ਹਾਰਡ ਵਰਕ ਵੀ ਨੀਡ ਟੂ ਹੈਵ ਦ ਅਬਿਲਟੀ ਟੂ ਲਰਨ ਤੇ ਇਹ ਸਭ ਦੀ ਜਿਹੜੀ ਪ੍ਰੋਪਰ ਜਾਣਕਾਰੀ ਹੈ ਇਹ ਗਾਈਡੈਂਸ ਜਿਹੜੀ ਹੈ ਤੁਹਾਨੂੰ ਸਾਡੀ ਕੋਚਿੰਗ ਦੇ ਜ਼ਰੀਏ ਮਿਲ ਸਕਦੀ ਹੈ ਲਰਨ ਟੂ ਐਕਚੁਅਲਾਈਜ਼ ਦੇ ਵਿੱਚ ਅਸੀਂ ਤੁਹਾਨੂੰ ਇੱਕ ਅਜਿਹਾ ਪਲੇਟਫਾਰਮ ਪ੍ਰਦਾਨ ਕਰਾਂਗੇ ਜਿਦੇ ਵਿੱਚ ਅਸੀਂ ਤੁਹਾਨੂੰ ਕਈ ਪ੍ਰਕਾਰ ਦੇ ਕੁਐਸਚਨਸ ਤੁਹਾਨੂੰ ਪ੍ਰੋਪਰ ਡਿਸਕਸ਼ਨਸ ਡਾਊਟ ਕਲੀਅਰਿੰਗ ਸੈਸ਼ਨਸ ਇਸ ਤੋਂ ਇਲਾਵਾ ਅਸੀਂ ਤੁਹਾਡੇ ਨਾਲ 1 ਟੂ 1 ਇੰਟਰੈਕਸ਼ਨ ਜਿਹੜੀ ਹੈ ਆਨਲਾਈਨ ਮੋਡ ਦੇ ਜ਼ਰੀਏ ਕਰਾਂਗੇ ਅਤੇ ਤੁਹਾਨੂੰ ਉਹ ਸਟਰਕਚਰ ਤੇ ਸਟ੍ਰੈਟਜੀਆਂ ਵੀ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਇਸ ਪੇਪਰ ਨੂੰ ਕਲੀਅਰ ਕੀਤਾ ਜਾ ਸਕਦਾ ਹੈ ਹਰੇਕ ਰਾਈਟਰ ਦੇ ਵਰਕਸ ਯਾਦ ਰੱਖਣਾ ਬਹੁਤ ਵਧੀਆ ਹੈ ਪਰ ਉਹਨਾਂ ਵਰਕਸ ਵਿੱਚ ਕਿਹੜੇ ਕੈਰੈਕਟਰ ਸਨ ਉਹਨਾਂ ਕੈਰੈਕਟਰਸ ਨਾਲ ਅਸੋਸੀਏਟ ਕਿਹੜੀਆਂ ਗੱਲਾਂ ਹਨ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਲਾਸ ਦੇ ਵਿੱਚ ਹੀ ਹਾਸਲ ਹੋਣਗੀਆਂ ਗਾਈਡ ਬੁਕਸ ਦੇ ਨਾਲ ਤੁਹਾਨੂੰ ਸਿਰਫ ਕ੍ਰੈਮਿੰਗ ਸોર્ટ ਆਫ ਮਟੀਰੀਅਲ ਮਿਲ ਸਕਦਾ ਹੈ ਤੁਸੀਂ ਕੁਝ ਚੀਜ਼ਾਂ ਨੂੰ ਮਗਅਪ ਕਰ ਸਕਦੇ ਹੋ ਰੱਟਾ ਮਾਰ ਸਕਦੇ ਹੋ ਲekin ਕਿਹੜੇ ਨਾਵਲ ਦੇ ਵਿੱਚ ਕਿਸਤ ਕੀ ਹੋਇਆ ਕਿਹੜੇ ਨਾਵਲ ਦੇ ਵਿੱਚ ਜਾਂ ਕਿਹੜੇ ਵਰਕ ਦੇ ਵਿੱਚ ਕਿਹੜੀ ਗੱਲ ਹੋਈ ਕਿਹੜੇ ਕਰੈਕਟਰ ਨੇ ਕੀ ਕੀਤਾ ਕਿਵੇਂ ਕੀਤਾ 올 ਦੀਸ ਥਿੰਗਸ ਵਿਲ ਬੀ ਡਿਸਕਸਡ ਇਨ ਆਰ ਕਲਾਸ ਸੋ ਜੇਕਰ ਤੁਸੀਂ ਫਾਇਦਾ ਉਠਾਣਾ ਚਾਹੁੰਦੇ ਹੋ ਸਾਡੀਆਂ ਕਲਾਸਿਸ ਦਾ ਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਤੁਹਾਨੂੰ ਜਿਹੜੇ ਸਾਡੇ ਨੰਬਰ ਦਿੱਤੇ ਹੈਗੇ ਨੇ ਉਹਨਾਂ ਦੇ ਉੱਤੇ ਤੁਸੀਂ ਰਾਬਤਾ ਕਾਇਮ ਕਰੋ ਤੁਹਾਨੂੰ ਪ੍ਰੋਪਰ ਜਾਣਕਾਰੀ ਦਿੱਤੀ ਜਾਏਗੀ ਅਤੇ ਤੁਹਾਨੂੰ ਰੀਜ਼ਨੇਬਲ ਤੇ ਅਫੋਰਡੇਬਲ ਫੀਸ ਦੇ ਵਿੱਚ ਇੱਕ ਅੱਛੀ ਟ੍ਰੇਨਿੰਗ ਦਿੱਤੀ ਜਾਏਗੀ ਜਿਸ ਦੇ ਨਾਲ ਤੁਸੀਂ ਮਾਸਟਰ ਕੈਡਰ ਜਾਂ ਲੈਕਚਰਰ ਦੇ ਨਾਲ ਰਿਲੇਟਿਡ ਕੋਈ ਐਗਜ਼ਾਮ ਹੈ ਜਿਹੜਾ ਕਿ ਇੰਗਲਿਸ਼ ਨਾਲ ਸੰਬੰਧਿਤ ਹੈ ਯੂਲ ਬੀ ਗਾਈਡਡ ਯੂਲ ਬੀ ਮੋਟੀਵੇਟਿਡ ਯੂਲ ਬੀ ਟ੍ਰੇਨਡ ਪ੍ਰੋਪਰਲੀ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵਧੀਆ ਕਰ ਸਕੋ ਯੂ ਮੇ ਕ੍ਰੈਕ ਇਟ ਈਜ਼ਲੀ ਯੂ ਮੇ ਥਿੰਕ ਇਟ to be a very easy going thing so is denal hi main is discussion nu close karda ha ate tuhanu sab da ik var fer dhanwad karda ha thank you